ਰਚਨਾ ਡਾਕਟਰ ਨਰਿੰਦਰ ਸਿੰਘ ਕਪੂਰ ਦੀ। ਜਦੋਂ ਮਨੁੱਖ ਕਹਿੰਦਾ ਹੈ ਕਿ ਉਹਨੂੰ ਇਹ ਚੀਜ਼ ਮਿਲ ਜਾਏ ਤਾਂ ਅੰਦਰ ਖਾਤੇ ਉਹ ਜਾਣਦਾ ਹੁੰਦਾ ਹੈ ਕਿ ਉਹ ਇਸ ਚੀਜ਼ ਦੇ ਯੋਗ ਨਹੀਂ, ਪਰ ਫਿਰ ਵੀ ਉਸ ਚੀਜ਼ ਨੂੰ ਹਥਿਆਉਣ ਦੇ ਉਪਰਾਲੇ ਅਤੇ ਜੀਵਨ ਵਿੱਚ ਦੂਜਿਆਂ ਨਾਲੋਂ ਅੱਗੇ ਨਿਕਲਣ ਦਾ ਨਿਰੰਤਰ ਯਤਨ ਕਰਦਾ ਰਹਿੰਦਾ ਹੈ। ਆਪਣੇ ਹਿੱਤਾਂ ਨੂੰ ਸਾਂਝੇ ਹਿੱਤਾਂ ਤੋਂ ਉੱਪਰ ਰੱਖਣ ਨੂੰ ਸਵਾਰਥ ਕਹਿੰਦੇ ਹਨ। ਚਾਪਲੂਸ ਸਵਾਰਥੀ ਹੁੰਦੇ ਹਨ, ਸਵਾਰਥ ਤੋਂ ਬਿਨਾਂ ਚਾਪਲੂਸੀ ਸੰਭਵ ਨਹੀਂ ਹੁੰਦੀ। ਮਾਲਕ ਜਾਂ ਅਧਿਕਾਰੀ ਦਾ ਖੋਖਲਾਪਨ ਹੀ ਚਾਪਲੂਸੀ ਉਪਜਾਉਂਦਾ ਹੈ। ਚਾਪਲੂਸਾਂ ਨੂੰ ਮਾਲਕਾਂ ਵਿੱਚੋਂ ਜਾਂ ਤਾਕਤਵਰ ਲੋਕਾਂ ਵਿੱਚੋਂ ਇੱਕ ਪੌੜੀ ਵਿਖਾਈ ਦਿੰਦੀ ਹੈ ਅਤੇ ਉਹ ਇਹ ਵਿਉਂਤ ਬਣਾਉਂਦੇ ਹਨ ਕਿ ਕਿੱਧਰੋਂ ਚੜ੍ਹੀਏ। ਮੇਰੀ ਸੰਸਥਾ 'ਚ ਇੱਕ ਅਹੁਦੇਦਾਰ ਵਿਅਕਤੀ ਸਨ। ਉਹਨਾਂ ਨੇ ਆਪਣੀ ਜ਼ਮੀਨ 'ਤੇ ਸਬਜ਼ੀਆਂ ਬੀਜੀਆਂ ਅਤੇ ਮੱਝਾਂ ਰੱਖੀਆਂ ਸਨ। ਉਹ ਮੁੱਖ ਅਧਿਕਾਰੀ ਦੇ ਘਰ ਅੰਦਰ ਦੁੱਧ ਅਤੇ ਸਬਜ਼ੀਆਂ ਰਾਹੀਂ ਪ੍ਰਵੇਸ਼ ਕਰਦੇ ਸਨ ਅਤੇ ਅਧਿਕਾਰੀ ਨਾਲੋਂ ਵੀ ਪਹਿਲਾਂ ਉਹਦੀ ਪਤਨੀ ਨੂੰ ਸਬਜ਼ੀਆਂ ਦੀ ਤਾਜ਼ਗੀ ਅਤੇ ਦੁੱਧ ਦੀ ਮਲਾਈ ਨਾਲ ਪ੍ਰਭਾਵਿਤ ਕਰਦੇ ਸਨ। ਉਹ ਸਾਹਿਬ ਦੀ ਲਗਾਮ ਉਹਦੀ ਸਾਹਿਬਾਂ ਰਾਹੀਂ ਖਿੱਚਦੇ ਸਨ। ਚਾਪਲੂਸੀ ਇੱਕ ਰਾਜਨੀਤਿਕ ਵਰਤਾਰਾ ਹੈ ਅਤੇ ਇਸ ਖੇਤਰ 'ਚ ਆਪਸੀ ਮੁਕਾਬਲਾ ਵੀ ਬੜਾ ਹੈ। ਜਦੋਂ ਇੱਕ ਚਾਪਲੂਸ ਮਾਲਕ ਨੂੰ ਵਧੇਰੇ ਪ੍ਰਭਾਵਿਤ ਕਰਨ 'ਚ ਸਫਲ ਹੋ ਜਾਂਦਾ ਹੈ ਤਾਂ ਦੂਜੇ ਚਾਪਲੂਸ ਬੜੇ ਪਰੇਸ਼ਾਨ ਹੁੰਦੇ ਹੈ। ਇੱਕ ਵਾਰੀ ਇੱਕ ਬਾਦਸ਼ਾਹ ਦੇ ਦਰਬਾਰ 'ਚ ਨਵਾਂ ਅਧਿਕਾਰੀ ਨਿਯੁਕਤ ਹੋਇਆ। ਉਹਨੇ ਚਾਪਲੂਸਾਂ ਦੇ ਰੰਗ ਢੰਗ ਵੇਖ ਕੇ ਆਪਣੀ ਥਾਂ ਬਣਾਉਣ ਲਈ ਸੂਖਮ ਢੰਗ ਨਾਲ ਚਾਪਲੂਸੀ ਕਰਨ ਦਾ ਆਪਣਾ ਕੰਮ ਆਰੰਭਿਆ। ਦੂਜੇ ਚਾਪਲੂਸਾਂ ਨੇ ਬਾਦਸ਼ਾਹ ਨੂੰ ਆਪਣੀ ਵਫ਼ਾਦਾਰੀ ਦਾ ਵਾਸਤਾ ਪਾ ਕੇ ਸੁਚੇਤ ਕਰਦਿਆਂ ਕਿਹਾ, ਬਾਦਸ਼ਾਹ ਸਲਾਮਤ, ਇਹ ਨਵਾਂ ਆਦਮੀ ਬੜਾ ਚਲਾਕ ਹੈ, ਇਹ ਚਾਪਲੂਸੀ ਨਾਲ ਤੁਹਾਨੂੰ ਆਪਣੇ ਜਾਲ 'ਚ ਫਸਾ ਲਏਗਾ। ਬਾਦਸ਼ਾਹ ਨੇ ਕਿਹਾ, ਮੈਂ ਪੂਰੀ ਤਰ੍ਹਾਂ ਸੁਚੇਤ ਹਾਂ, ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜਦੋਂ ਨਵੇਂ ਅਧਿਕਾਰੀ ਨੇ ਭਰੇ ਦਰਬਾਰ 'ਚ ਬਾਦਸ਼ਾਹ ਦੀ ਸਿਆਣਪ, ਉਹਦੇ ਖਾਨਦਾਨ, ਸੰਤਾਨ, ਨਿਆਂ ਅਤੇ ਦਇਆ ਆਦਿ ਦੀਆਂ ਸਿਫਤਾਂ ਕਰਨੀਆਂ ਆਰੰਭੀਆਂ ਤਾਂ ਦੇਸੀ ਚਾਪਲੂਸਾਂ ਨੇ ਕਿਹਾ, ਵੇਖੋ ਬਾਦਸ਼ਾਹ ਸਲਾਮਤ, ਇਹ ਤੁਹਾਨੂੰ ਭਰਮਾਉਣ ਦਾ ਯਤਨ ਕਰ ਰਿਹਾ। ਬਾਦਸ਼ਾਹ ਨੇ ਕਿਹਾ, ਤੁਸੀਂ ਚਿੰਤਾ ਨਾ ਕਰੋ, ਜਿਉਂ ਹੀ ਇਹ ਮੇਰੀ ਚਾਪਲੂਸੀ ਕਰਨੀ ਆਰੰਭ ਕਰੇਗਾ ਤੁਸੀਂ ਵੇਖਣਾ, ਮੈਂ ਇਹਨੂੰ ਕੰਨ ਤੋਂ ਫੜ ਕੇ ਦਰਬਾਰ 'ਚੋਂ ਬਾਹਰ ਕੱਢ ਦੇਵਾਂਗਾ। ਪਰ ਹੁਣ ਤੱਕ ਇਹਨੇ ਜੋ ਬੋਲਿਆ ਉਹ ਸੱਚ ਹੀ ਬੋਲਿਆ, ਸੱਚ ਤੋਂ ਸਿਵਾ ਮੈਂ ਕੁਛ ਨਹੀਂ ਸੁਣਾਂਗਾ। ਹਾਕਮਾਂ ਨੂੰ ਚਾਪਲੂਸੀ ਸੁਣਨ ਦੀ ਇੰਨੀ ਆਦਤ ਪੈ ਜਾਂਦੀ ਹੈ ਕਿ ਉਹ ਸੱਚ ਸੁਣ ਕੇ ਪਰੇਸ਼ਾਨ ਹੋ ਜਾਂਦੇ ਹੈ ਅਤੇ ਸੱਚ ਬੋਲਣ ਵਾਲੇ ਨੂੰ ਤਸੀਹੇ ਦਿੱਤੇ ਜਾਂਦੇ ਹੈ। ਇੱਕ ਫਕੀਰ ਨੇ ਰਾਜੇ ਸਨਤ ਕੁਮਾਰ ਦੇ ਰਾਜ ਦੀ ਬੜੀ ਸਿਫਤ ਸੁਣੀ ਹੋਈ ਸੀ, ਸੋ ਉਹਦੇ ਮਨ 'ਚ ਦੂਰ ਵਸਦੇ ਰਾਜੇ ਨੂੰ ਵੇਖਣ ਮਿਲਣ ਦੀ ਇੱਛਾ ਉਪਜੀ। ਜਦੋਂ ਲੰਮਾ ਪੈਂਡਾ ਤੈਅ ਕਰਕੇ ਪਹੁੰਚਿਆ ਤਾਂ ਜਦੋਂ ਦਰਬਾਨਾਂ ਨੇ ਉਹਦਾ ਰਾਹ ਰੋਕਿਆ, ਉਹਨੇ ਕਿਹਾ, ਮੈਂ ਇੰਨੀ ਦੂਰੋਂ ਆਇਆ ਕਿ ਤੁਸੀਂ ਅਨੁਮਾਨ ਵੀ ਨਹੀਂ ਲਾ ਸਕਦੇ, ਮੈਂ ਕੇਵਲ ਰਾਜੇ ਨੂੰ ਵੇਖਣ ਲਈ ਆਇਆ। ਗੱਲ ਚੱਲਦੀ ਚੱਲਦੀ ਅੰਦਰ ਪਹੁੰਚੀ। ਸੁੱਤੇ ਰਾਜੇ ਨੇ ਉੱਠ ਕੇ ਕਿਹਾ, ਫਕੀਰ ਨੂੰ ਅੰਦਰ ਆਉਣ ਦਿਓ। ਫਕੀਰ ਨੇ ਸਾਹਮਣੇ ਬੈਠ ਕੇ ਰਾਜੇ ਦੀਆਂ ਜੋ ਸਿਫਤਾਂ ਸੁਣੀਆਂ ਸੀ ਕਹਿ ਦਿੱਤੀਆਂ। ਰਾਜੇ ਨੇ ਪ੍ਰਸੰਨ ਹੋ ਕੇ ਕਿਹਾ, ਤੁਸੀਂ ਕੱਲ੍ਹ ਮੇਰੇ ਦਰਬਾਰ 'ਚ ਆਉਣਾ। ਸਾਰਿਆਂ ਸਾਹਮਣੇ ਆਪਣੀ ਪ੍ਰਸ਼ੰਸਾ ਸੁਣਨ ਦੇ ਲਾਲਚ ਅਧੀਨ ਦਰਬਾਰ ਵਿੱਚ ਜਾਣ ਲਈ ਰਾਜੇ ਨੇ ਵਿਸ਼ੇਸ਼ ਕੱਪੜੇ ਅਤੇ ਗਹਿਣੇ ਪਾਏ ਅਤੇ ਇਤਰ ਫਲੇ ਲਾ ਕੇ ਉਹ ਪੂਰੀ ਸ਼ਾਨ ਨਾਲ ਸਿੰਘਾਸਨ 'ਤੇ ਸੱਜ ਗਿਆ। ਸਾਹਮਣੇ ਬੈਠਾ ਫਕੀਰ ਚੁੱਪ ਹੀ ਰਿਹਾ। ਸਨਤ ਕੁਮਾਰ ਉਹਦੇ ਬੋਲਣ ਨੂੰ ਉਡੀਕ ਰਿਹਾ ਸੀ। ਫਕੀਰ ਨੇ ਰਾਜੇ ਦੇ ਚਿਹਰੇ 'ਤੇ ਪ੍ਰਸ਼ੰਸਾ ਦੀ ਭੀਖ ਮੰਗਣ ਵਾਲੇ ਭਾਵ ਵੇਖੇ, ਪਰ ਉਹ ਫਿਰ ਵੀ ਚੁੱਪ ਰਿਹਾ। ਰਾਜੇ ਨੇ ਸੋਚਿਆ, ਇਹ ਬੋਲਣ ਹੀ ਵਾਲਾ ਹੈ, ਪਰ ਫਕੀਰ ਚੁੱਪ ਹੀ ਰਿਹਾ। ਰਾਜਾ ਕੜਕ ਕੇ ਬੋਲਿਆ, ਬੋਲ, ਬੋਲਦਾ ਕਿਉਂ ਨਹੀਂ? ਫਕੀਰ ਨੇ ਕਿਹਾ, ਕੀ ਬੋਲਾਂ, ਮੇਰੇ ਸਾਹਮਣੇ ਤਾਂ ਰੋਗਾਂ ਅਤੇ ਭੋਗਾਂ ਦਾ ਖਾਧਾ ਸਰੀਰ ਬੈਠਾ ਹੈ। ਕੱਲ੍ਹ ਤੁਸੀਂ ਨਿਮਰ ਸੀ, ਸੁੰਦਰ ਸੀ, ਸੁਭਾਵਕ ਅਤੇ ਸ਼ਾਂਤ ਸੀ, ਅੱਜ ਤੁਸੀਂ ਹੰਕਾਰੇ ਹੋਏ ਹੋ,
ਮਹਿੰਗੇ ਕੱਪੜਿਆਂ ਗਹਿਣਿਆਂ ਅਤੇ ਆਪਣੀ ਤਾਕਤ ਦੇ ਘੁਮੰਡ 'ਚੋਂ ਇਸੇ ਕਰਕੇ ਸਬਰ ਨਹੀਂ ਰਿਹਾ। ਗੁੱਸੇ 'ਚੋਂ ਤੁਹਾਨੂੰ ਹੋਮੇ ਲੋਭ ਅਤੇ ਕ੍ਰੋਧ ਦਾ ਗ੍ਰਹਿਣ ਲੱਗਿਆ ਹੋਇਆ, ਮੈਂ ਕੀ ਬੋਲਾਂ। ਵੇਖਿਆ ਗਿਆ ਕਿ ਜਦੋਂ ਅਸੀਂ ਕਿਸੇ ਥਾਂ ਬਹੁਤ ਵੱਡੀ ਪ੍ਰਸ਼ੰਸਾ ਪ੍ਰਾਪਤ ਕਰ ਲੈਂਦੇ ਹਾਂ ਤਾਂ ਮਗਰੋਂ ਅਜਿਹੀ ਹੋਰ ਪ੍ਰਸ਼ੰਸਾ ਲਈ ਤਰਸਦੇ ਰਹਿੰਦੇ ਹਾਂ। ਵਾਸਤਵ 'ਚ ਚਾਪਲੂਸੀ ਦਾ ਲਾਲਚ ਹੁੰਦਾ, ਚਾਪਲੂਸੀ ਦਾ ਇਹੀ ਸਰਾਪ ਹੈ। ਧੰਨਵਾਦ।